ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਗੁੱਡ ਆਫਟਰਨੂਨ। ਇਹ ਵੀਡੀਓ ਪੰਜਾਬੀ ਭਾਸ਼ਾ 'ਚ ਹੈ। ਇਹਦਾ ਟਾਈਟਲ ਹੈ, ਕਿਸੇ ਵੀ ਦੇਸ਼ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਕਿਸ ਕਿਸ ਗੱਲ ਵੱਲ ਗੌਰ ਕਰਨਾ ਬਣਦਾ ਹੈ। ਨੰਬਰ 1, ਆਪਦਾ ਪਾਸਪੋਰਟ ਵੈਰੀਫਾਈ ਕਰੋ। ਤੁਹਾਡਾ ਪਾਸਪੋਰਟ ਸਫੀਸ਼ੀਐਂਟ ਸਾਲਾਂ ਵਾਸਤੇ ਵੈਲਿਡ ਹੋਣਾ ਚਾਹੀਦਾ ਹੈ। ਨੰਬਰ 2, ਤੁਹਾਡੇ ਕੋਲ ਉਸ ਦੇਸ਼ ਦਾ ਵੀਜ਼ਾ ਹੋਣਾ ਲਾਜ਼ਮੀ ਹੈ ਅਤੇ ਵੀਜ਼ੇ ਵਾਸਤੇ ਕਾਨੂੰਨ ਕੀ ਕਹਿੰਦਾ ਹੈ ਕਿ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਹੋਣੇ ਲਾਜ਼ਮੀ ਨੇ। ਫਿਰ ਤੁਸੀਂ ਆਪਦੀ ਫਲਾਈਟ ਦੀ ਟਿਕਟ ਬੁੱਕ ਕਰੋ। ਦੇਖੋ, ਤੁਸੀਂ ਸਿੱਧੇ ਇੱਕ ਫਲਾਈਟ ਏਜੰਟ ਕੋਲ ਨਾ ਜਾਓ, ਤੁਸੀਂ ਨੈਗੋਸ਼ੀਏਸ਼ਨ ਕਰੋ ਵੀ ਤੁਸੀਂ 5-7 ਜਗ੍ਹਾ 'ਤੇ ਜਾਓ। ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਰੇਟ ਨੇ, ਵੱਖ ਵੱਖ ਏਅਰਲਾਈਨਾਂ ਦੇ ਰੇਟ ਵੱਖ ਵੱਖ ਨੇ। ਜੇ ਤੁਸੀਂ ਸਿੱਧੀ ਫਲਾਈਟ ਲੈਂਦੇ ਜੀ ਤਾਂ ਪੈਸੇ ਜ਼ਿਆਦਾ ਲੱਗਦੇ ਨੇ, ਜੇ ਇੱਕ ਅੱਧੀ ਜਗ੍ਹਾ ਤੁਸੀਂ ਫਲਾਈਟ ਚੇਂਜ ਕਰਕੇ ਜਾਂਦੇ ਜੀ ਤਾਂ ਪੈਸੇ ਘੱਟ ਲੱਗਦੇ ਨੇ। ਸੋ ਕਿੰਨੇ ਕੁ ਤੁਹਾਡੇ ਕੋਲ ਪੈਸੇ ਨੇ, ਕਿੰਨੇ ਕੁ ਤੁਸੀਂ ਦੇ ਸਕਦੇ ਜੀ, ਇਹਨਾਂ ਗੱਲਾਂ ਵੱਲ ਧਿਆਨ ਦਿਓ। ਫਿਰ ਕੀ ਹੈ ਕਿ ਕਿਸੇ ਵੀ ਦੇਸ਼ ਜੇ ਜਾਣ ਤੋਂ ਪਹਿਲਾਂ ਚਾਹੇ ਤੁਸੀਂ ਡੌਂਕੀ ਲਾ ਕੇ ਜਾਂਦੇ ਜੀ, ਤੁਸੀਂ ਆਪਦਾ ਹੈਲਥ ਅਤੇ ਟਰੈਵਲ ਇੰਸ਼ੋਰੈਂਸ ਜ਼ਰੂਰ ਕਰਵਾ ਲਵੋ। ਕਿਉਂਕਿ ਕੀ ਹੋਏਗਾ ਕਿ ਦੂਜੇ ਦੇਸ਼ ਵਿੱਚ ਜਾ ਕੇ ਤੁਹਾਡਾ ਮੈਡੀਕਲ ਇਲਾਜ ਨਹੀਂ ਹੋ ਸਕਦਾ ਜੇ ਤੁਹਾਡੇ ਕੋਲ ਉੱਥੋਂ ਦਾ ਬੀਮਾ ਨਹੀਂ ਹੈ। ਤੁਸੀਂ ਆਪਦੇ ਮੈਡੀਕਲ ਅਤੇ ਜਿਹੜੇ ਤੁਹਾਡੇ ਟੀਕਿਆਂ ਦੇ ਰਿਕਾਰਡ ਹੈ ਤੁਹਾਡੇ ਕੋਲ, ਉਹ ਆਪਦੇ ਕੋਲ ਲਿਖ ਲਵੋ ਜਾਂ ਨਾਲ ਲੈ ਕੇ ਜਾਓ। ਫਿਰ ਤੁਸੀਂ ਜਿਹੜੇ ਵੀ ਦੇਸ਼ ਜਾ ਰਹੇ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਜਾ ਕੇ ਰਿਹਾਇਸ਼ ਤੁਹਾਡੀ ਕਿੱਥੇ ਹੋਏਗੀ। ਕਿਉਂਕਿ ਦੇਖੋ, ਬਾਹਰਲੇ ਦੇਸ਼ਾਂ 'ਚ ਕਾਨੂੰਨ ਹੁੰਦਾ ਹੈ ਕਿ ਤੁਸੀਂ ਗਲਤ ਬੰਦੇ ਨੂੰ ਜਾਂ ਅਣਜਾਣ ਬੰਦੇ ਨੂੰ ਆਪਦੇ ਘਰ 'ਚ ਨਹੀਂ ਰੱਖ ਸਕਦੇ ਹੋ ਜੇ ਤੁਸੀਂ ਪਕੜੇ ਗਏ, ਅਤੇ ਨਾਲ ਉਹ ਵੀ ਸਜ਼ਾ ਦੇ ਹੱਕਦਾਰ ਹੁੰਦੇ ਨੇ। ਸੋ ਬਾਹਰਲੇ ਦੇਸ਼ਾਂ ਦੇ ਵਿਚਕਾਰ ਤੁਹਾਨੂੰ ਜਾਣ ਤੋਂ ਪਹਿਲਾਂ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਕਿ ਤੁਸੀਂ ਉੱਥੇ ਕਿੱਥੇ ਰਹਿਣਾ। ਫਿਰ ਕੀ ਹੈ ਕਿ ਜਿਹੜੇ ਉਸ ਦੇਸ਼ ਵਿੱਚ ਤੁਹਾਨੂੰ ਕੁਛ ਬੰਦੇ ਜਾਣਦੇ ਨੇ, ਉਹਨਾਂ ਦੇ ਫੋਨ ਨੰਬਰ ਅਤੇ ਐਡਰੈਸ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਕਿਉਂਕਿ ਇਨ ਕੇਸ ਆਫ ਐਮਰਜੈਂਸੀ ਜੇ ਕਿਸੇ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਫਿਰ ਤੁਹਾਡੇ ਕੋਲ ਪੈਸੇ ਅਤੇ ਬੈਂਕ ਦੇ ਵਿਚਕਾਰ, ਇਹ ਨਹੀਂ ਕਿ ਤੁਸੀਂ ਬੈਂਕ 'ਚ ਪੈਸੇ ਪਾਓ ਅਤੇ ਵੀਜ਼ਾ ਲਵਾ ਲਓ ਅਤੇ ਪੈਸੇ ਕੱਢ ਲਓ। ਜਾਂ ਤੁਸੀਂ ਦੂਜੇ ਦੇਸ਼ ਵਿੱਚ ਹਵਾਈ ਅੱਡੇ 'ਤੇ ਜਾਂ ਸਮੁੰਦਰੀ ਤੱਟ 'ਤੇ ਪਹੁੰਚੋਗੇ, ਉੱਥੇ ਤੁਹਾਡੇ ਕੋਲ ਉਹ ਇਨਫੋਰਮੇਸ਼ਨ ਲਈ ਜਾਊਗੀ ਅਤੇ ਉਹਨੂੰ ਚੈੱਕ ਕੀਤਾ ਜਾਊਗਾ। ਜੇ ਉਹਨਾਂ ਨੇ ਵੇਖ ਲਿਆ ਕਿ ਤੁਹਾਡੇ ਇਹ ਤੁਹਾਡੇ ਬੈਂਕ ਦਾ ਬੈਲੈਂਸ ਜਾਲੀ ਹੈ, ਉਹ ਤੁਹਾਨੂੰ ਦੂਜੀ ਵਾਪਸੀ ਫਲਾਈਟ ਰਾਹੀਂ ਵਾਪਸ ਮਦਰ ਕੰਟਰੀ ਭੇਜ ਦੇ ਸਕਦੇ ਨੇ। ਜੇਕਰ ਅੱਜ ਕੱਲ੍ਹ ਵੈਸੇ ਕੀ ਹੁੰਦਾ ਹੈ ਕਿ ਜੇਕਰ ਤੁਸੀਂ ਸਟੱਡੀ ਪਰਮਿਟ 'ਤੇ ਜਾ ਰਹੇ ਜੇ ਤਾਂ ਉੱਥੇ ਜਿਹੜਾ ਕੰਟੈਕਟ ਪਰਸਨ ਹੈ ਉਹਦਾ ਤੁਹਾਡੇ ਕੋਲ ਫੋਨ ਨੰਬਰ ਹੋਣਾ ਜਾਂ ਈਮੇਲ ID ਹੋਣੀ ਲਾਜ਼ਮੀ ਹੈ, ਕਿਉਂਕਿ ਵੀਜ਼ਾ ਅਫਸਰ ਜਦ ਤੁਹਾਨੂੰ ਏਅਰਪੋਰਟ 'ਤੇ ਸਵਾਲ ਜਵਾਬ ਕਰੇਗਾ ਤਾਂ ਤੁਹਾਡੇ ਕੋਲ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਸਨ ਜਿਹੜੀਆਂ ਕਿ ਕਿਸੇ ਵੀ ਦੇਸ਼ ਜਾਣ ਤੋਂ ਪਹਿਲਾਂ ਤੁਸੀਂ ਧਿਆਨ 'ਚ ਰੱਖਣੀਆਂ ਤੁਹਾਡੇ ਵਾਸਤੇ ਜ਼ਰੂਰੀ ਨੇ। ਹੋਰ ਵਧੇਰੇ ਜਾਣਕਾਰੀ ਵਾਸਤੇ ਉੱਪਰ ਦਿੱਤੇ ਗਏ ਫੋਨ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ, ਸਟੇ ਕਨੈਕਟਡ ਵਿਦ ਅਸ।